ਤੁਸੀਂ ਵੇਖ ਰਹੇ ਹੋ ਝਾਂਜ ਤੇ ਐਨ ਆਰ ਆਈ ਨਿਊਜ਼ ਬੁਲੇਟਿਨ ਲੋ ਪੇਸ਼ ਨੇ ਕੁਝ ਖਬਰਾਂ ਵਰਲਡ ਨਿਊਜ਼ ਤੋਂ। राष्ट्रपति द्रौपदी मुर्मू ने सूरीनाम विच महात्मा गांधी नूं दित्ती श्रद्धांजलि। राष्ट्रपति द्रौपदी मुर्मू ने अपने सूरीनाम दे हमरुतबा चंद्रिका प्रसाद संतोषी दे नाल मंगलवार नूं राजधानी पारामारीबो विच महात्मा गांधी की मूर्ति ते फुल मलावां भेंट कीतियां। राष्ट्रपति मुर्मू तीन दिनां राजसी दौरे ते एतवार नूं सूरीनाम पहुंचे सन। पिछले साल जुलाई में राष्ट्रपति का अहुदा संभालने तो बाद यह उन्हां दी पहली विदेश यात्रा है। राष्ट्रपति भवन ने ट्वीट किया, राष्ट्रपति द्रौपदी मुर्मू ने सूरीनाम दे राष्ट्रपति चंद्रिका प्रसाद संतोषी दे नाल पारामारीबो विच महात्मा गांधी दी मूर्ति ते फुल मलावां भेंट कीतियां। उन्हां ने सूरीनाम दे पारामारीबो विच आर्या दिवाकर मंदिर अते श्री विष्णु मंदिर विच वी पूजा कीती। राष्ट्रपति मुर्मू ने पारामारीबो विच गैवलोन हेडलन 1902 स्मारक ते वी श्रद्धांजलि दित्ती। इह स्मारक सूरीनाम दे इतिहास दौरान मजदूरां दे अधिकारां अते समाजिक न्याय लई संघर्ष दी याद दिवाउंदा है। उन्हां ने पारामारीबो विच इक अजायब घर दा वी दौरा कीता। लो वधदे हां अगली खबर वल। रूस ने उड़ाया यूक्रेन विच सब तो वड्डा बन। तबाही दे खतरे कारण दहशत विच जेलेंसकी दक्षणी यूक्रेन दे रूस दे कंट्रोल वाले हिस्से विच नोवा काखोवका डैम ते हमला होया है। इस हमले विच निप्रो नदी ते बने बन दा वड्डा हिस्सा टुट गया है। इस दे नाल दक्षणी यूक्रेन दे नीवे इलाकियां विच रहण वाले लोकां दे लई हड़ दा खतरा पैदा हो गया है। यूक्रेन ते रूसी अधिकारियां ने नोवा काखोवका डैम दे नेड़े स्थानक लोकां नूं तुरंत इलाका खाली करन दी अपील कीती है। वड्डी गिणती विच लोकां नूं ਉੱਚੀਆਂ ਥਾਵਾਂ ਤੇ ਸ਼ਿਫਟ ਕੀਤਾ ਜਾ ਰਿਹਾ ਹੈ। ਬੰਨ ਟੁੱਟਣ ਕਾਰਨ ਪਾਣੀ ਦਾ ਵੱਡਾ ਦਰਿਆ ਵਹਿ ਰਿਹਾ ਹੈ। ਮੰਗਲਵਾਰ ਸਵੇਰੇ ਡੈਮ ਨੂੰ ਤਬਾਹ ਕਰ ਦਿੱਤਾ ਗਿਆ ਸੀ, ਪਰ ਇਹ ਸਪਸ਼ਟ ਨਹੀਂ ਹੈ ਕਿ ਨੋਵਾ ਕਾਖੋਵਕਾ ਡੈਮ ਤੇ ਹਮਲਾ ਕਿਸਨੇ ਕੀਤਾ ਸੀ। ਹਾਲਾਂਕਿ ਧਮਾਕਾ ਡੈਮ ਟੁੱਟਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਰੂਸ ਅਤੇ ਯੂਕਰੇਨ ਦੇ ਅਧਿਕਾਰੀਆਂ ਨੇ ਇੱਕ ਦੂਜੇ ਤੇ ਨੋਵਾ ਕਾਖੋਵਕਾ ਡੈਮ ਨੂੰ ਉਡਾਉਣ ਦਾ ਦੋਸ਼ ਲਗਾਇਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲੈਂਸਕੀ ਨੇ ਰੂਸੀ ਅੱਤਵਾਦੀਆਂ ਤੇ ਡੈਮ ਨੂੰ ਨਸ਼ਟ ਕਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਹੈ ਕਿ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਰੂਸੀਆਂ ਨੂੰ ਯੂਕਰੇਨ ਦੀ ਧਰਤੀ ਦੇ ਹਰ ਕੋਨੇ ਤੋਂ ਬਾਹਰ ਸੁੱਟ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਟਵੀਟ ਵਿੱਚ ਲਿਖਿਆ ਹੈ ਕਿ ਉਹਨਾਂ ਲਈ ਇੱਕ ਮੀਟਰ ਵੀ ਨਹੀਂ ਛੱਡਣਾ ਚਾਹੀਦਾ ਕਿਉਂਕਿ ਉਹ ਹਰ ਮੀਟਰ ਦੀ ਵਰਤੋਂ ਦਹਿਸ਼ਤ ਦੇ ਲਈ ਕਰਦੇ ਹਨ। ਅੱਤਵਾਦੀ ਯੂਕਰੇਨ ਨੂੰ ਪਾਣੀ, ਮਿਜ਼ਾਈਲਾਂ ਜਾਂ ਕਿਸੇ ਹੋਰ ਚੀਜ਼ ਦੇ ਨਾਲ ਨਹੀਂ ਰੋਕ ਸਕਣਗੇ। ਲੋ ਵੱਧਦੇ ਹਾਂ ਅਗਲੀ ਖਬਰ ਵੱਲ। ਸਿਡਨੀ ਵਿੱਚ ਖਾਲਿਸਤਾਨ ਰੈਫਰੈਂਡਮ ਦਾ ਆਯੋਜਨ, ਲੱਗੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ। ਆਸਟ੍ਰੇਲੀਆ ਵਿਖੇ ਸਿਡਨੀ ਸ਼ਹਿਰ ਵਿੱਚ ਖਾਲਿਸਤਾਨ ਰੈਫਰੈਂਡਮ ਸੰਬੰਧੀ ਸਮਾਗਮ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਖਾਲਿਸਤਾਨ ਸਮਰਥਕਾਂ ਨੇ ਹਿੱਸਾ ਲਿਆ। ਇਸ ਦੌਰਾਨ ਖਾਲਿਸਤਾਨੀ ਸਮਰਥਕ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਨਜ਼ਰ ਆਏ। ਖਾਲਿਸਤਾਨ ਰੈਫਰੈਂਡਮ ਸਿਡਨੀ ਤੋਂ ਦੂਰ ਦੁਰਾਡੇ ਇੱਕ ਉਸਾਰੀ ਵਾਲੀ ਥਾਂ 'ਤੇ ਹੋਇਆ। ਪ੍ਰਬੰਧਕਾਂ ਨੇ ਮੁਫਤ ਬੱਸਾਂ ਜ਼ਰੀਏ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ। ਮੈਲਬੌਰਨ ਅਤੇ ਬ੍ਰਿਸਬੇਨ ਦੇ ਰੈਫਰੈਂਡਮ ਵਿੱਚ ਵੋਟਿੰਗ ਕਰ ਚੁੱਕੇ ਜਾਣੇ ਪਛਾਣੇ ਚਿਹਰੇ ਵੀ ਇਸ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਸਟ੍ਰੇਲੀਆ ਫੇਰੀ ਤੋਂ ਬਾਅਦ ਖਾਲਿਸਤਾਨ ਸਮਰਥਕਾਂ ਨੂੰ ਵੱਡਾ ਝਟਕਾ ਲੱਗਾ ਹੈ। ਸਿਡਨੀ ਮੈਸੋਨਿਕ ਸੈਂਟਰ ਨੇ ਵਿਵਾਦਿਤ ਸੰਗਠਨ ਸਿੱਖਸ ਫਾਰ ਜਸਟਿਸ ਦੇ ਮਨਸੂਬਿਆਂ 'ਤੇ ਪਾਣੀ ਫਿਰ ਦਿੱਤਾ। ਸਿਡਨੀ ਵਿੱਚ ਪ੍ਰਸਤਾਵਿਤ ਸੰਗਠਨ ਦੇ ਜਨਮਤ ਲਈ ਪ੍ਰਸਤਾਵਿਤ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ 4 ਜੂਨ ਨੂੰ ਸਿਡਨੀ ਮੈਸੋਨਿਕ ਸੈਂਟਰ ਵਿੱਚ ਆਯੋਜਿਤ ਹੋਣਾ ਸੀ।